ਹੈਲੋ ਫਰੈਂਡਸ, ਆਪ ਜੀ ਦਾ ਸਾਡੇ ਯੂਟਿਊਬ ਚੈਨਲ ਤੇ ਸਵਾਗਤ ਹੈ। ਅੱਜ ਆਪਾਂ ਪ੍ਰੇਰਣਾ ਦੇ ਸਿਧਾਂਤ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਫਸਟ ਹੈਗਾ ਹੈ ਕੇਂਦਰੀ ਪ੍ਰੇਰਕ ਸਥਿਤੀ ਦਾ ਸਿਧਾਂਤ, ਜਿਸ ਨੂੰ ਕਿਹਾ ਜਾਂਦਾ ਹੈ ਸੈਂਟਰਲ ਮੋਟਿਵ ਸਿਚੁਏਸ਼ਨ ਥਿਊਰੀ। ਇਸ ਸਿਧਾਂਤ ਦਾ ਪ੍ਰਤਿਪਾਦਨ ਇਸਨੇ ਕੀਤਾ ਸੀ ਟੀ ਮੋਰਗਨ ਨੇ। ਉਹਨਾਂ ਦੇ ਅਨੁਸਾਰ ਪ੍ਰੇਰਣਾ ਵਿੱਚ ਇੱਕ ਅੰਦਰੂਨੀ ਪ੍ਰੇਰਿਤ ਵਿਵਹਾਰ ਹੁੰਦਾ ਹੈ ਜੋ ਮਨੁੱਖ ਨੂੰ ਪ੍ਰੇਰਿਤ ਕਰਦਾ ਹੈ। ਕੋਈ ਵੀ ਹਰ ਮਨੁੱਖ ਦੇ ਅੰਦਰ ਇੱਕ ਕੇਂਦਰੀ ਜਿਹੜਾ ਪ੍ਰਵਿਰਤੀ ਹੁੰਦੀ ਹੈ ਜੋ ਮਨੁੱਖ ਨੂੰ ਕਿਸੇ ਕੰਮ ਨੂੰ ਕਰਨ ਲਈ ਪ੍ਰੇਰਿਤ ਕਰਦੀ ਹੈ, ਜਿਸ ਨੂੰ ਮੋਰਗਨ ਨੇ ਸੈਂਟਰਲ ਮੋਟਿਵ ਸਿਚੁਏਸ਼ਨ ਦਾ ਨਾਮ ਦਿੱਤਾ ਹੈ। ਇਸ ਦੇ ਅੱਗੇ ਮੁੱਖ ਤੱਤ ਅੰਦਰੂਨੀ ਪ੍ਰੇਰਿਤ ਵਿਵਹਾਰ, ਉਹ ਵਿਵਹਾਰ ਜੋ ਮਨੁੱਖ ਨੂੰ ਕਿਸੇ ਕੰਮ ਨੂੰ ਕਰਨ ਲਈ ਪ੍ਰੇਰਿਤ ਕਰਦਾ ਹੈ, ਉਸ ਨੂੰ ਕਿਹਾ ਜਾਂਦਾ ਹੈ ਅੰਦਰੂਨੀ ਪ੍ਰੇਰਿਤ ਵਿਵਹਾਰ। ਇੱਕ ਗੱਲ ਅੱਗੇ ਆਪਾਂ ਨੋਟ ਹੋਰ ਕਰਾਂਗੇ, ਕੋਲਮੈਨ ਨੇ ਇਸ ਕੇਂਦਰੀ ਪ੍ਰਵਿਰਤੀ ਸਥਿਤੀ ਨੂੰ ਕੇਂਦਰੀ ਜਗਾਊ ਮਿਸ਼ਨ ਦਾ ਸਥਾਨ ਦਿੱਤਾ। ਜੇਕਰ ਆਪਾਂ ਨੂੰ ਪੇਪਰ ਵਿੱਚ ਪੁੱਛਿਆ ਜਾਂਦਾ ਹੈ ਵੀ ਸੈਂਟਰਲ ਮੋਟਿਵ ਸਿਚੁਏਸ਼ਨ ਨੂੰ ਕਿਸੇ ਹੋਰ ਨਾਮ ਨਾਲ ਕੀ ਕਿਹਾ ਜਾਂਦਾ ਹੈ, ਤਾਂ ਆਪਾਂ ਕਹਾਂਗੇ ਕੇਂਦਰੀ ਜਗਾਊ ਮਿਸ਼ਨ ਦਾ ਸਿਧਾਂਤ, ਜੋ ਕਿ ਕਿਸ ਦੁਆਰਾ ਦਿੱਤਾ ਗਿਆ, ਕੋਲਮੈਨ ਦੁਆਰਾ ਦਿੱਤਾ ਗਿਆ। ਅੱਗੇ ਆਪਾਂ ਕਰਾਂਗੇ ਮਨੋਵਿਗਿਆਨਿਕ ਲੋੜਾਂ ਦਾ ਸਿਧਾਂਤ, ਜਿਸ ਨੂੰ ਕਿਹਾ ਜਾਂਦਾ ਹੈ ਥਿਊਰੀ ਆਫ ਸਾਈਕੋਲੋਜੀ ਨੀਡਸ। ਇਹ ਸਿਧਾਂਤ ਹੈਨਰੀ ਮਰੇ ਦੁਆਰਾ ਦਿੱਤਾ ਗਿਆ। ਉਹਨਾਂ ਅਨੁਸਾਰ ਮਨੁੱਖੀ ਜ਼ਰੂਰਤਾਂ ਹੀ ਮਨੁੱਖ ਨੂੰ ਪ੍ਰੇਰਿਤ ਕਰਦੀਆਂ ਹਨ। ਮਨੁੱਖੀ ਜ਼ਰੂਰਤਾਂ ਨੂੰ ਅੱਗੇ ਉਹਨਾਂ ਨੇ ਦੋ ਤਰ੍ਹਾਂ ਦੱਸਿਆ ਹੈ, ਫਸਟ ਆ ਗਈਆਂ ਪ੍ਰਾਇਮਰੀ ਲੋੜਾਂ, ਸੈਕਿੰਡ ਸੈਕੰਡਰੀ ਲੋੜਾਂ। ਪ੍ਰਾਇਮਰੀ ਲੋੜਾਂ ਉਹ ਜੋ ਮਨੁੱਖ ਜਿਨ੍ਹਾਂ ਤੋਂ ਬਿਨਾਂ ਮਨੁੱਖ ਦਾ ਜੀਵਨ ਅਧੂਰਾ ਹੈ। ਬੇਸਿਕ ਲੋੜਾਂ ਜਿਵੇਂ ਕਿ ਖੁਰਾਕ ਹੋ ਗਈ, ਹਵਾ, ਪਾਣੀ, ਰੋਟੀ, ਕੱਪੜਾ, ਮਕਾਨ। ਅੱਗੇ ਆ ਗਿਆ ਸੈਕੰਡਰੀ ਲੋੜਾਂ, ਪ੍ਰਾਪਤੀ ਪਛਾਣ, ਜਿਵੇਂ ਅੱਗੇ ਪ੍ਰਾਪਤ ਅੱਗੇ ਕਰਾਂਗੇ ਆਪਾਂ ਸੈਕੰਡਰੀ ਲੋੜਾਂ। ਸੈਕੰਡਰੀ ਲੋੜਾਂ ਜਿਵੇਂ ਮਨੁੱਖ ਕੀ ਪ੍ਰਾਪਤ ਕਰਨਾ ਚਾਹੁੰਦਾ ਹੈ, ਉਸਦੀ ਉਹ ਆਪਣੇ ਸਮਾਜ ਵਿੱਚ ਆਪਣੀ ਪਹਿਚਾਣ ਬਣਾਉਣਾ ਚਾਹੁੰਦਾ ਹੈ, ਉਸਦਾ ਵਿਵਹਾਰ ਕਿਸ ਤਰ੍ਹਾਂ ਦਾ ਹੈ, ਉਹ ਆਪਣੀ ਸੁਰੱਖਿਆ ਤੇ ਸੁਰੱਖਿਆ ਦੀ ਉਹਨੂੰ ਉਸਨੂੰ ਲੋੜ ਹੁੰਦੀ ਹੈ, ਇਹ ਉਸਦੀਆਂ ਕੀ ਨੇ ਸੈਕੰਡਰੀ ਲੋੜਾਂ। ਨੈਕਸਟ ਕਰਾਂਗੇ ਆਪਾਂ ਪ੍ਰੇਰਣਾ ਦਾ ਸ਼੍ਰੇਣੀਬੰਧਤਾ ਸਿਧਾਂਤ, ਜਿਸ ਨੂੰ ਕਿਹਾ ਜਾਂਦਾ ਹੈ ਰੈਡੀਕਲ ਥਿਊਰੀ ਆਫ ਮੋਟੀਵੇਸ਼ਨ। ਇਹ ਸਿਧਾਂਤ A.H. ਮੈਸਲੋ ਦੁਆਰਾ ਦਿੱਤਾ ਗਿਆ। ਇਸ ਵਿੱਚ ਕੁੱਲ ਪੰਜ ਜ਼ਰੂਰਤਾਂ ਦੀ ਗੱਲ ਕੀਤੀ ਗਈ ਹੈ ਕਿ ਮਨੁੱਖ ਦੀਆਂ ਪੰਜ ਜ਼ਰੂਰਤਾਂ ਕਿਹੜੀਆਂ ਕਿਹੜੀਆਂ ਹਨ। ਫਸਟ, ਪ੍ਰੈਜੈਂਟ ਸਮੇਂ ਦੀ ਗੱਲ ਕਰੀਏ ਤਾਂ ਮਨੁੱਖ ਦੀਆਂ ਫਸਟ ਜ਼ਰੂਰਤਾਂ ਕੀ ਹਨ? ਸਰੀਰਕ ਲੋੜਾਂ। ਸੈਕਿੰਡ, ਸੁਰੱਖਿਅਕ ਲੋੜਾਂ, ਪਿਆਰ ਅਤੇ ਮਲਕੀਅਤ ਲੋੜਾਂ, ਸਨਮਾਨ, ਇੱਜ਼ਤ ਲੋੜਾਂ, ਆਤਮ ਕੇਂਦਰਿਤ ਲੋੜਾਂ। ਪੁਰਾਣੇ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਮਨੁੱਖ ਨੂੰ ਸਭ ਤੋਂ ਪਹਿਲਾਂ ਜੇ ਆਤਮਾ ਦੀ ਪ੍ਰਾਪਤੀ ਕਰਦਾ ਸੀ, ਉਸ ਤੋਂ ਬਾਅਦ ਉਸਨੂੰ ਸਨਮਾਨ ਦੀ ਕਹਿੰਦਾ ਸੀ ਵੀ ਹਾਂ ਸਾਨੂੰ ਸਨਮਾਨ ਮਿਲੇ, ਫਿਰ ਉਸ ਨੂੰ ਕਹਿੰਦਾ ਹਾਂ ਸਮਾਜ ਦੇ ਵਿੱਚ ਸਾਰੇ ਸਾਨੂੰ ਪਿਆਰ ਕਰਨ, ਫਿਰ ਉਸ ਤੋਂ ਬਾਅਦ ਸੁਰੱਖਿਅਤ ਲੋੜਾਂ ਸੀ, ਫਿਰ ਉਸ ਤੋਂ ਬਾਅਦ ਉਸਦੀਆਂ ਐਂਡ 'ਤੇ ਸਰੀਰਕ ਲੋੜਾਂ ਆ ਜਾਂਦੀਆਂ ਸੀ। ਪਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਫਸਟ ਆ ਜਾਂਦੀਆਂ ਸਰੀਰਕ ਲੋੜਾਂ, ਜਿਸ ਨੂੰ ਆਪਾਂ ਰੋਟੀ, ਕੱਪੜਾ, ਮਕਾਨ ਜੇ ਕਹੀਏ, ਫਿਰ ਉਸ ਤੋਂ ਬਾਅਦ ਸੁਰੱਖਿਅਤ ਲੋੜਾਂ ਵੀ ਸਮਾਜ ਵਿੱਚ ਉਹ ਸੁਰੱਖਿਅਤ ਰਹਿਣਾ ਚਾਹੁੰਦਾ ਹੈ, ਉਸ ਤੋਂ ਬਾਅਦ ਪਿਆਰ ਕਹਿੰਦਾ ਸਾਰੇ ਮੈਨੂੰ ਪਿਆਰ ਕਰਨ। ਨੈਕਸਟ ਆਪਾਂ ਕਰਾਂਗੇ ਪ੍ਰੇਰਕਾਂ ਦੀ ਕਿਰਿਆਤਮਕ ਖੁਦਮੁਖਤਿਆਰੀ ਦਾ ਸਿਧਾਂਤ। ਇਹ ਸਿਧਾਂਤ ਗਾਰਡਸ ਡਬਲਯੂ ਆਲਪੋਟ ਦੁਆਰਾ ਦਿੱਤਾ ਗਿਆ। ਇਸ ਸਿਧਾਂਤ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਮਨੁੱਖ ਦੇ ਕਿਰਿਆਤਮਕ ਪੱਖ ਹੀ ਮਨੁੱਖ ਨੂੰ ਉਦੇਸ਼ਾਂ ਦੀ ਪ੍ਰਾਪਤੀ ਵੱਲ ਪ੍ਰੇਰਿਤ ਕਰਦੇ ਹਨ। ਅਰਥਾਤ ਸ਼ੁਰੂ ਤੋਂ ਹੀ ਮਨੁੱਖ ਕੁਝ ਕਿਰਿਆ ਕਰਦਾ ਰਿਹਾ ਹੈ, ਪਰ ਕੁਝ ਚਿਰ ਬਾਅਦ ਉਹ ਕਿਰਿਆ ਹੀ ਉਸਦਾ ਉਦੇਸ਼ ਜਾਂ ਮੰਜ਼ਿਲ ਬਣ ਜਾਂਦੀ ਹੈ। ਜਿਸ ਤਰ੍ਹਾਂ ਸਟੂਡੈਂਟ ਲਾ ਲਓ, ਸਟੂਡੈਂਟ ਪੜ੍ਹਦੇ ਹਨ, ਬਾਅਦ ਵਿੱਚ ਉਹ ਕਹਿੰਦੇ ਹਨ ਅਸੀਂ ਟੀਚਰ ਬਣਨਾ ਹੈ ਜਾਂ ਇੱਕ ਡਾਕਟਰ ਬਣਨਾ ਹੈ, ਉਸ ਮੰਜ਼ਿਲ ਉਹਨਾਂ ਦੀ ਇੱਕ ਮੰਜ਼ਿਲ ਬਣ ਜਾਂਦੀ ਹੈ। ਜਿਵੇਂ ਜਿਸ ਤਰ੍ਹਾਂ ਜਿਵੇਂ ETT ਸਟੂਡੈਂਟ ਉਹ ਕਹਿੰਦੇ ਨੇ ਅਸੀਂ ਇੱਕ ਟੀਚਰ ਬਣਨਾ ਹੈ, ਟੀਚਰ ਬਣਨ ਲਈ ਉਹਨਾਂ ਦੀ ਇੱਕ ਮੰਜ਼ਿਲ ਬਣ ਜਾਂਦੀ ਹੈ ਟੀਚਰ ਬਣਨਾ, ਉਸ ਲਈ ਉਹ ਕਿਰਿਆ ਕਰਦੇ ਹਨ। ਇਸ ਵਿੱਚ ਆਲਪੋਰਟ ਨੇ ਮੁੱਖ ਪੱਧਰਾਂ ਨੂੰ ਪਰਿਭਾਸ਼ਿਤ ਕੀਤਾ ਹੈ। ਫਸਟ ਹੈ ਸੁਰੱਖਿਅਤ ਪੱਧਰ। ਸੁਰੱਖਿਅਤ ਪੱਧਰ ਵਿੱਚ ਇੱਕ ਵਿਦਿਆਰਥੀ ਮਿਹਨਤ ਕਰਦੇ ਹਨ ਜਿਵੇਂ PSTET ਕਲੀਅਰ ਕਰਨ ਵਾਸਤੇ, ਪਰ ਫਿਰ ਵੀ ਉਹ ਮਿਹਨਤ ਕਰਨ ਤੋਂ ਬਾਅਦ ਉਹਨਾਂ ਦਾ ਟੈਸਟ ਕਲੀਅਰ ਹੋ ਜਾਂਦਾ ਹੈ, ਪਰ ਫਿਰ ਵੀ ਉਹ ਮਿਹਨਤ ਕਰਦਾ ਰਹਿੰਦਾ ਹੈ ਆਪਣੇ ਆਪ ਨੂੰ ਕੰਪੀਟੀਸ਼ਨ ਵਿੱਚ ਸੁਰੱਖਿਅਤ ਕਰਨ ਦੇ ਲਈ। ਨੈਕਸਟ ਅੱਗੇ ਕਰਾਂਗੇ ਬੇਲੋੜਾ ਪੱਧਰ। ਬੇਲੋੜਾ ਪੱਧਰ
ਜਿਸ ਵਿੱਚ PS ਟੈਟ ਕਲੀਅਰ ਕਰਨ ਵਾਸਤੇ ਇੱਕ ਆਪਣਾ ਸਬਜੈਕਟ ਕੋਈ ਵੀ ਵਿਸ਼ਾ ਲੈ ਲਓ, ਜਿਵੇਂ ਸਾਈਕੋਲੋਜੀ। ਸਾਈਕੋਲੋਜੀ ਆਪਾਂ ਨੂੰ ਵਿਸ਼ਾ ਪਸੰਦ ਨਹੀਂ ਹੈਗਾ, ਫਿਰ ਵੀ ਆ ਸਾਨੂੰ ਆਪਣਾ ਇੱਕ ਟੀਚਾ ਹੈ ਜਿਸ ਨੂੰ ਆਪਣਾ ਪ੍ਰਾਪਤ ਕਰਦੇ ਹਾਂ, ਹਾਸਿਲ ਕਰਨਾ ਪੈਂਦਾ ਹੈ। ਪੀ ਟੈਟ ਕਲੀਅਰ ਕਰਨ ਤੋਂ ਬਾਅਦ ਜਿਹੜਾ ਸਾਈਕੋਲੋਜੀ ਵਿਸ਼ਾ ਹੈ ਉਹ ਇੱਕ ਬੇਲੋੜਾ ਵਿਸ਼ਾ ਬਣ ਜਾਵੇਗਾ, ਜਿਸ ਨੂੰ ਕਹਾਂਗੇ ਬੇਲੋੜਾ ਪੱਧਰ। ਨੈਕਸਟ ਅੱਗੇ ਆਪਾਂ ਕਰਾਂਗੇ ਹਿਊਮੇ ਦੀ ਭਾਗੀਦਾਰੀ ਦਾ ਸਿਧਾਂਤ। ਇਹ ਸਿਧਾਂਤ ਸ਼ੈਰਿਫ ਅਤੇ ਕੈਂਟਲ ਨੇ ਦਿੱਤਾ। ਇਹਨਾਂ ਦੁਆਰਾ ਪ੍ਰਕਾਸ਼ਿਤ ਇੱਕ ਕਿਤਾਬ ਦਾ ਸਾਈਕੋਲੋਜੀ ਆਫ ਈਗੋ ਇਨਵੋਲਵਮੈਂਟ ਵਿੱਚ ਦੋਵਾਂ ਮਨੋਵਿਗਿਆਨੀਆਂ ਨੇ ਹਿਊਮੇ ਈਗੋ ਨੂੰ ਸੈਲਫ ਨਾਲ ਸੰਬੰਧਿਤ ਦੱਸ ਕੇ ਜਿਹੜਾ ਪ੍ਰਭਾਸ਼ਿਤ ਕੀਤਾ ਹੈ। ਉਹਨਾਂ ਦੁਆਰਾ ਇੱਕ ਮਨੁੱਖ ਇਹ ਸੋਚਦਾ ਹੈ ਕਿ ਮੈਂ ਕਿਸ ਨਾਲ ਜੁੜਿਆ ਹਾਂ, ਕੁਸ਼ਚਨ ਕਰਦਾ ਹੈ ਆਪਣੇ ਆਪ ਨਾਲ, ਮੇਰੀ ਕੀ ਪਹਿਚਾਣ ਹੈ, ਮੈਂ ਕੀ ਹਾਂ, ਮੇਰੀ ਅਹਿਮੀਅਤ ਕੀ ਹੈ ਆਦਿ ਨੂੰ ਸਮਝਾਇਆ ਗਿਆ ਹੈ। ਉਹਨਾਂ ਨੇ ਇਹ ਦੱਸਿਆ ਕਿ ਮਨੁੱਖ ਜਦੋਂ ਮਨੁੱਖ ਦਾ ਕੋਈ ਕਾਰਜ ਭਾਵ ਖੁਦ ਦੀ ਇੱਜ਼ਤ ਨਾਲ ਜੁੜਿਆ ਹੁੰਦਾ ਹੈ ਤਾਂ ਮਨੁੱਖ ਉਸ ਨੂੰ ਆਪਣੀ ਬਣਾ ਕੇ ਅਤੇ ਪੂਰੀ ਰੁਚੀ ਨਾਲ ਉਸ ਕਾਰਜ ਨੂੰ ਕਰਦਾ ਹੈ, ਪਰ ਜਦੋਂ ਕੋਈ ਵੀ ਕਾਰਜ ਉਸ ਦੀ ਇੱਜ਼ਤ ਨਾਲ ਜੁੜਿਆ ਨਾ ਹੋਵੇ ਉਸ ਸਮੇਂ ਮਨੁੱਖ ਨੂੰ ਪੂਰੀ ਤਰ੍ਹਾਂ ਉਸ ਕਾਰਜ ਨੂੰ ਮਨੁੱਖ ਪੂਰੀ ਰੁਚੀ ਨਾਲ ਨਹੀਂ ਕਰਦਾ, ਸਿਰਫ ਨਾ ਪ੍ਰਾਪਤ ਕਰਨ ਲਈ ਕਰਦਾ ਹੈ। ਅਰਥਾਤ ਮਨੁੱਖ ਲੈਵਲ ਆਫ ਸੈਲਫ ਮੋਟੀਵੇਸ਼ਨ ਅਤੇ ਲੈਵਲ ਆਫ ਐਸਪੀਰੇਸ਼ਨ ਨੂੰ ਪੂਰੀ ਤਰ੍ਹਾਂ ਨਾਲ ਰੱਖਦਾ ਹੈ, ਜੋ ਉਸਦੀ ਈਗੋ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਥੈਂਕ ਯੂ।